ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਨਾਂ ਟੀਵੀ ਦੇਖ ਰਹੇ ਸ਼ਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਤਾਜ਼ਾ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜੀ 10 ਮੰਜ਼ਲਾ ਰਹਾਇਸ਼ੀ ਬਿਲਡਿੰਗ ਅਸਰਫ ਇੰਨੇ ਘੰਟੇ ਵਿੱਚ ਬਣਾਈ ਕੇ ਸੁਣ ਕੇ ਉੱਡੇ ਦੁਨੀਆਂ ਦੇ ਹੋਸ਼ ਆਈ ਤਾਜ਼ਾ ਵੱਡੀ ਖਬਰ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਦਾਸਰੀਏ ਕੇ ਚੀਨ ਦੀ ਇੱਕ ਕੰਪਨੀ ਦੇ ਵੱਲੋਂ 10 ਮੰਜ਼ਿਲਾ ਇਮਾਰਤ ਬਣਾਈ ਗਈ ਹੈ। ਪਰ ਇਸ ਇਮਾਰਤ ਨੂੰ ਬਣਾਉਣ ਦੇ ਲਈ ਸਿਰਫ 28 ਘੰਟੇ 45 ਮਿੰਟ ਦਾ ਸਮਾਂ ਲਗਾਇਆ ਜੋ ਕਿ ਸੁਣਨ ਦੇ ਵਿੱਚ ਬਿਲਕੁਲ ਅਸੰਭਵ ਲੱਗਦਾ ਹੈ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਚੀਨ ਦੇ ਚਾਂਗਸਾ ਵਿੱਚ ਜਿਨੀ ਕੰਪਨੀ ਬ੍ਰਾਂਡ ਗਰੁੱਪ ਦੇ ਵੱਲੋਂ ਇਸ ਇਮਾਰਤ ਨੂੰ ਤਿਆਰ ਕਰਵਾਇਆ ਗਿਆ ਹੈ। ਦਾਸਰੀਏ ਕੇ ਬਹੁਤ ਘੱਟ ਸਮੇਂ ਦੇ ਵਿੱਚ ਤਿਆਰ ਕੀਤੀ ਗਈ ਇਸ ਇਮਾਰਤ ਦੀ ਖਬਰ ਜਦੋਂ ਇੰਟਰਨੈਟ ਤੇ ਸਾਹਮਣੇ ਆਈ ਤਾਂ ਸੋਸ਼ਲ ਮੀਡੀਆ ਦੇ ਉੱਪਰ ਇੱਕਦਮ ਹਲਚਲ ਮਚ ਗਈ ਇਸ ਤੋਂ ਇਲਾਵਾ ਇਹ ਸਮਾਰਟ ਦੀਆਂ ਤਸਵੀਰਾਂ ਜਾਂ ਵੀਡੀਓ ਵੇਖ ਕੇ ਹਰ ਕੋਈ ਚੌਂਕ ਗਿਆ ਹੈ ਕਿਉਂਕਿ ਸਾਰਿਆਂ ਦੇ ਮਨਾਂ ਦੇ ਵਿੱਚ ਇਹੋ ਸਵਾਲ ਹੈ ਕਿ ਆਖਰ 10 ਮੰਜ਼ਿਲਾ ਇਮਾਰਤ ਦੀ ਉਸਾਰੀ ਇਸ ਅਨੋਖੀ ਰਫ਼ਤਾਰ ਦੇ ਨਾਲ ਕੀ ਰਹੱਸ ਹੈ ਇਸ ਦਾ ਦੱਸਦੀ ਹੈ ਕਿ ਜਾਣਕਾਰ ਦੇ ਅਨੁਸਾਰ ਇਸ ਇਮਾਰਤ ਨੂੰ ਤਿਆਰ ਕਰਨ ਤੋਂ ਪਹਿਲਾਂ ਬਣਾਈ ਗਈ ਇਮਾਰਤ ਪ੍ਰਣਾਲੀ ਦੀ ਵਰਤੋਂ ਕੀਤੀ ਗਈ ਜਾਨੀ ਕਿ ਇਮਾਰਤ ਦੀਆਂ ਉਸਾਰੀ ਸ਼ੂਟਿੰਗਾਂ ਮੈਡਿਊਲਰ ਇਕਾਈਆਂ ਨੂੰ ਜੋੜ ਕੇ ਕੀਤੀ ਗਿਆ ਤੇ ਇਹਨਾਂ ਨੂੰ ਕਾਰਖਾਨਿਆਂ ਦੇ ਵਿੱਚ ਬਣਾਇਆ ਗਿਆ ਸੀ। ਇਹਨਾਂ ਇਕਾਈਆਂ ਨੂੰ ਜੋੜਨ ਲਈ ਕੰਟੇਨਰ ਦੀ ਮਦਦ ਲਈ ਗਿਆ। ਦਰਅਸਲ ਕੰਟੇਨਰ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਬੂਟ ਦੀ ਮਦਦ ਤੇ ਨਾਲ ਜੋੜਿਆ ਗਿਆ ਜਿਸ ਤੋਂ ਬਾਅਦ ਬਿਜਲੀ ਅਤੇ ਪਾਣੀ ਦਾ ਕਨੈਕਸ਼ਨ ਦਿੱਤਾ ਗਿਆ।